ਮੰਗ ਕੇ ਖਾਣਾ ਤਦ ਵਾ ਜੇ ਤੇਰੀ ਲੱਤ ਪੈਰ ਨਹੀਂ ਹੈਗੇ। ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ ਚ ਰੱਖੀ ਹੈਗੀ ਕਿ ਮੰਗਣਾ ਉਹਨਾਂ। ਸਾਡਾ ਨਵਾਂ ਸਾਲ ਇਹੋ ਜਿਹੇ ਕੰਮ ਤੇ ਆ ਗਏ ਆ ਤੇ ਨਵਾਂ ਸਾਲ ਹੀ ਸਾਡੇ ਲਈ। ਇੱਥੋਂ ਰੋਟੀ ਖਾਣੀ ਹੈ ਭਾਈ, ਇਹਨੂੰ ਮੱਥਾ ਟੇਕੀ ਦਾ ਸਵੇਰੇ ਆਣ ਕੇ, ਇਹਦੇ ਨੇ ਆਪਣਾ ਘਰ ਦਾ ਗੁਜ਼ਾਰਾ ਵੀ ਚੱਲਣ ਡਿਆ ਤੇ ਖੁਸ਼ ਹੈ ਮਲਮ ਆਪਣੇ ਮਨ ਚ। ਠੀਕ ਹੈ, ਵਧੀਆ ਸਾਡੇ ਲਈ, ਕਈ ਵਧੀਆ ਅਰਮਾਨ ਨਾਲ ਕੰਮ ਚਾਹ ਰਹੇ। ਪਰਿਵਾਰ ਚ ਤਿੰਨ ਭਰਾ ਵਾ, ਇੱਕ ਭੈਣੀ ਤੇ ਨਾਲ ਦੀ ਮੇਰੀ, ਇੱਕ ਭਰਾ ਮੇਰਾ ਛੋਟਾ ਤੇ ਡੈਡੀ ਤੇ ਮੰਮੀ ਹੋ ਜਾਂਦਾ। ਗੁਜ਼ਾਰਾ ਚੱਲ ਜਾਂਦਾ ਫਿਰ? ਗੁਜ਼ਾਰਾ ਇੱਦਾਂ ਚੱਲਦਾ ਜਾਂਦਾ, ਦਾਲ ਫੁਲਕਾ ਮਿਲ ਜਾਂਦਾ। ਘਰ ਦੀ ਠੀਕ ਨੇ ਕਿ ਘਰ ਦੀ? ਨਾ ਨਾ, ਹੈਂਡੀਕੈਪ ਉਹ ਵੀ ਇੱਦਾਂ ਰਿੜ ਕੇ, ਮਤਲਬ ਕੰਮ ਕੁੰਮ ਸਾਰਾ। ਬੱਚੇ ਕਿੰਨੇ ਆ? ਕੁੜੀ ਆ ਇੱਕ। ਖੁਸ਼ ਹੋ ਫਿਰ ਤੁਸੀਂ? ਹਾਂਜੀ, ਖੁਸ਼। ਹੁਣ ਨਵਾਂ ਸਾਲ ਚੜ੍ਹਨ ਜਾ ਰਿਹਾ? ਹਾਂਜੀ। ਤੁਹਾਡਾ ਨਵਾਂ ਸਾਲ ਕਿੱਥੇ? ਸਾਡਾ ਨਵਾਂ ਸਾਲ ਇਹੋ ਜਿਹੇ ਕੰਮ ਤੇ ਆ ਗਏ ਆ ਤੇ ਨਵਾਂ ਸਾਲ ਹੀ ਸਾਡੇ ਲਈ। ਕੰਮ ਤੇ ਓਨਾ ਹੀ ਮੈਨੂੰ ਨਵਾਂ ਸਾਲ ਆ, ਓਦਾਂ ਮਤਲਬ ਕੋਈ ਨਹੀਂ, ਉਹ ਪੁਰਾਣਾ ਉਹ ਨਵਾਂ ਵਾ। ਇੱਥੋਂ ਰੋਟੀ ਖਾਣੀ ਹੈ ਭਾਈ, ਇਹਨੂੰ ਮੱਥਾ ਟੇਕੀ ਦਾ ਸਵੇਰੇ ਆਣ ਕੇ, ਇਹਦੇ ਨੇ ਆਪਣਾ ਘਰ ਦਾ ਗੁਜ਼ਾਰਾ ਵੀ ਚੱਲਣ ਡਿਆ ਤੇ ਖੁਸ਼ ਹੈ ਮਲਮ ਆਪਣੇ ਮਨ ਚ। ਕੋਈ ਗੱਲ, ਦਾਲ ਫੁਲਕਾ ਚੱਲਦਾ ਜਾਂਦਾ ਐਵੇਂ ਤੁਹਾਨੂੰ ਆਖੀ, ਰੋਟੀ ਸਵੇਰੇ 7 ਵਜੇ ਆ ਜਾਣਾ ਹੁੰਦਾ। ਉਹ ਨਾਲ ਫਿਰ ਛੋਟਾ ਭਰਾ ਜਿਹੜਾ ਉਹ ਫਿਰ ਕਰ ਦਿੰਦਾ ਹਲਕ। ਹਾਂਜੀ, ਇਹੀ ਕਹਿਣਾ ਚਾਹੁੰਦਾ। ਮੇਰੇ ਕੋਲ ਇੱਥੇ ਮੰਗਦੇ ਰਹਿੰਦੇ ਨੇ, ਕਈ ਜਨਾਨੀਆਂ ਵੀ ਕਈ ਮੰਗਦੀਆਂ, ਅਸੀਂ ਤਾਂ ਉਹਨਾਂ ਨੂੰ ਕਹਿੰਦੇ ਰਹਿੰਦੇ ਹਾਂ ਕਿ ਕਿਸੇ ਘਰ ਕੰਮ ਕਾਰ ਕਰਕੇ ਮਿਹਨਤ ਕਰਕੇ ਖਾਓ, ਉਹ ਚੰਗੀ ਹੈ। ਸਾਡੇ ਪੈਰ ਲੱਤਾਂ ਪੈਰ ਹੈਗੇ ਆ ਤੇ ਕਈ ਬੰਦੇ ਆਉਂਦੇ ਆ, ਇਹੋ ਜਿਹਾ ਕਹੀਦਾ ਉਹਨਾਂ ਨੂੰ, ਮਿਹਨਤ ਕਰਕੇ ਖਾਓ, ਇਹਦੇ ਚ ਵਧੀਆ ਚੀਜ਼ ਆ। ਮੰਗ ਕੇ ਖਾਣਾ ਤਦ ਵਾ ਜੇ ਤੇਰੀ ਲੱਤ ਪੈਰ ਨਹੀਂ ਹੈਗੇ। ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ ਚ ਰੱਖੀ ਹੈਗੀ ਕਿ ਮੰਗਣਾ ਉਹਨਾਂ। ਦਿਮਾਗ ਚ ਸੋਚ ਨਹੀਂ ਰੱਖੀ, ਇਹੋ ਰੱਖਿਆ ਵਾ ਕਿ ਠੀਕ ਆ, ਉਹਨੇ ਜਿੱਥੇ ਰੱਖਿਆ ਠੀਕ ਹੈ, ਮਾਂ ਨਾਲ ਦਾਲ ਫੁਲਕਾ ਮਿਲ ਗਿਆ ਬਸ। ਇੱਥੇ ਸਾਡਾ ਨਵਾਂ ਸਾਲ ਇੱਥੇ। ਮੰਗ ਕੇ ਖਾਣਾ ਤਦ ਵਾ ਜੇ ਤੇਰੀ ਲੱਤ ਪੈਰ ਨਹੀਂ ਹੈਗੇ। ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ ਚ ਰੱਖੀ ਹੈਗੀ ਕਿ ਮੰਗਣਾ ਉਹਨਾਂ। ਸਾਡਾ ਨਵਾਂ ਸਾਲ ਇਹੋ ਜਿਹੇ ਕੰਮ ਤੇ ਆ ਗਏ ਆ ਤੇ ਨਵਾਂ ਸਾਲ ਹੀ ਸਾਡੇ ਲਈ। ਇੱਥੋਂ ਰੋਟੀ ਖਾਣੀ ਹੈ ਭਾਈ, ਇਹਨੂੰ ਮੱਥਾ ਟੇਕੀ ਦਾ ਸਵੇਰੇ ਆਣ ਕੇ, ਇਹਦੇ ਨੇ ਆਪਣਾ ਘਰ ਦਾ ਗੁਜ਼ਾਰਾ ਵੀ ਚੱਲਣ ਡਿਆ ਤੇ ਖੁਸ਼ ਹੈ ਮਲਮ ਆਪਣੇ ਮਨ ਚ। ਕੋਈ ਗੱਲ, ਠੀਕ ਹੈ, ਵਧੀਆ ਸਾਡੇ ਲਈ, ਕਈ ਵਧੀਆ ਅਰਮਾਨ ਨਾਲ ਕੰਮ ਚਾਹ ਰਹੇ। ਪਰਿਵਾਰ ਚ ਅਸੀਂ ਤਿੰਨ ਭਰਾ ਵਾਂ, ਇੱਕ ਭੈਣੀ ਤੇ ਨਾਲ ਦੀ ਮੇਰੀ, ਇੱਕ ਭਰਾ ਮੇਰਾ ਛੋਟਾ ਤੇ ਡੈਡੀ ਤੇ ਮੰਮੀ ਹੋ ਜਾਂਦਾ। ਕੋਈ ਗੁਜ਼ਾਰਾ ਚੱਲ ਜਾਂਦਾ ਫਿਰ? ਗੁਜ਼ਾਰਾ ਇੱਦਾਂ ਚੱਲਦਾ ਜਾਂਦਾ, ਦਾਲ ਫੁਲਕਾ ਮਿਲ ਜਾਂਦਾ। ਘਰ ਦੀ ਠੀਕ ਨੇ ਕਿ ਘਰ ਦੀ? ਨਾ ਨਾ, ਹੈਂਡੀਕੈਪ ਉਹ ਵੀ ਇੱਦਾਂ ਰਿੜ ਕੇ, ਮਤਲਬ ਕੰਮ ਕੁੰਮ ਸਾਰਾ। ਬੱਚੇ ਕਿੰਨੇ ਆ? ਕੁੜੀ ਆ ਇੱਕ। ਖੁਸ਼ ਹੋ ਫਿਰ ਤੁਸੀਂ? ਹਾਂਜੀ, ਖੁਸ਼। ਹੁਣ ਨਵਾਂ ਸਾਲ ਚੜ੍ਹਨ ਜਾ ਰਿਹਾ? ਹਾਂਜੀ। ਤੁਹਾਡਾ ਨਵਾਂ ਸਾਲ ਕਿੱਥੇ? ਸਾਡਾ ਨਵਾਂ ਸਾਲ ਇਹੋ ਜਿਹੇ ਕੰਮ ਤੇ ਆ ਗਏ ਆ ਤੇ ਨਵਾਂ ਸਾਲ ਹੀ ਸਾਡੇ ਲਈ। ਕੰਮ ਤੇ ਓਨਾ ਹੀ ਮੈਨੂੰ ਨਵਾਂ ਸਾਲ ਆ, ਓਦਾਂ ਮਤਲਬ ਕੋਈ ਨਹੀਂ, ਉਹ ਪੁਰਾਣਾ ਉਹ ਨਵਾਂ ਵਾ। ਇੱਥੋਂ ਰੋਟੀ ਖਾਣੀ ਹੈ ਭਾਈ, ਇਹਨੂੰ ਮੱਥਾ ਟੇਕੀ ਦਾ ਸਵੇਰੇ ਆਣ ਕੇ, ਇਹਦੇ ਨੇ ਆਪਣਾ ਘਰ ਦਾ ਗੁਜ਼ਾਰਾ ਵੀ ਚੱਲਣ ਡਿਆ ਤੇ ਖੁਸ਼ ਹੈ ਮਲਮ ਆਪਣੇ ਮਨ ਚ। ਕੋਈ ਗੱਲ, ਦਾਲ ਫੁਲਕਾ ਚੱਲਦਾ ਜਾਂਦਾ ਐਵੇਂ ਤੁਹਾਨੂੰ ਆਖੀ, ਰੋਟੀ ਸਵੇਰੇ 7 ਵਜੇ ਆ ਜਾਣਾ ਹੁੰਦਾ। ਉਹ ਨਾਲ ਫਿਰ ਛੋਟਾ ਭਰਾ ਜਿਹੜਾ ਉਹ ਫਿਰ ਕਰ ਦਿੰਦਾ ਹਲਕ। ਹਾਂਜੀ, ਇਹੀ ਕਹਿਣਾ ਚਾਹੁੰਦਾ। ਮੇਰੇ ਕੋਲ ਇੱਥੇ ਮੰਗਦੇ ਰਹਿੰਦੇ ਨੇ, ਕਈ ਜਨਾਨੀਆਂ ਵੀ ਕਈ ਮੰਗਦੀਆਂ, ਅਸੀਂ ਤਾਂ ਉਹਨਾਂ ਨੂੰ ਵੀ ਕਹਿੰਦੇ ਰਹਿੰਦੇ ਹਾਂ ਕਿ ਕਿਸੇ ਘਰ ਕੰਮ ਕਾਰ ਕਰਕੇ ਮਿਹਨਤ ਕਰਕੇ ਖਾਓ, ਉਹ ਚੰਗੀ ਹੈ। ਸਾਡੇ ਪੈਰ ਲੱਤਾਂ ਪੈਰ ਹੈਗੇ ਆ
ਤੇ ਕਈ ਬੰਦੇ ਆਉਂਦੇ ਆ ਐਨੇ ਇਹੋ ਜਿਹਾ ਕਹਿੰਦਾ ਉਹਨਾਂ ਨੂੰ ਮਿਹਨਤ ਕਰਕੇ ਖਾਓ ਇਹਦੇ ਚ ਵਧੀਆ ਚੀਜ਼ ਆ ਮੰਗ ਕੇ ਖਾਣਾ ਤਦ ਬਾਅਦ ਜੇ ਤੇਰੇ ਲੱਤ ਪੈਰ ਨਹੀਂ ਹੈਗੇ ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ ਚ ਰੱਖੀ ਹੈਗੀ ਕਿ ਮੰਗਣਾ ਉਹਨਾਂ ਦਿਮਾਗ ਚ ਸੋਚ ਨਹੀਂ ਰੱਖੀ ਇਹੋ ਰੱਖਿਆ ਵਾ ਕਿ ਠੀਕ ਆ ਉਹਨੇ ਜਿੱਥੇ ਰੱਖਿਆ ਠੀਕ ਹੈ ਮਾਂ ਨਾਲ ਦਾਲ ਫੁਲਕਾ ਮਿਲ ਰਿਹਾ ਬਸ ਇੱਥੇ ਸਾਡਾ ਨਵਾਂ ਸਾਲ ਇੱਥੇ